ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਅਸੀਂ ਜਾ ਰਹੇ ਹਾਂ ਓਲਡ ਪੋਰਟ ਸਕੇਟਿੰਗ ਕਰਨ। ਬਰਫ ਪੈ ਰਹੀ ਆ ਹਲਕੀ ਹਲਕੀ, ਵੈਸੇ ਤਾਂ ਪੈਂਦੀ ਰਹਿੰਦੀ ਆ, ਕਨੇਡਾ ਆ, ਕਨੇਡਾ 'ਚ ਬਰਫ ਨਹੀਂ ਪੈਣੀ ਤਾਂ ਮੀਂਹ ਪੈਣਾ। ਸੋਤਾ ਸਾ ਬੱਚਾ ਆ ਗਿਆ ਆਪਣਾ ਜਾਰੀ ਸਟੇਸ਼ਨ, ਜਾਰੀ ਸਤਾਸੀ ਜਾ ਰਹੀ ਆ ਫ੍ਰੈਂਚ ਚ। ਦੇਖੀ ਤਿਲਕ ਨਾ ਜਾਈ, ਇੱਥੇ ਬੜਾ ਅਨੁਸ਼ਾਸਨ ਚ ਖੜਨਾ ਪੈਂਦਾ। ਜੇ ਕਿਸੇ ਜਲਦੀ ਜਾਣਾ ਤਾਂ ਇੱਧਰ ਦੀ ਲੰਘ ਜੇ, ਜੇ ਤੁਸੀਂ ਹੌਲੀ ਨਿਕਲਣਾ ਫਿਰ ਤਾਂ ਐਂ ਖੜੇ ਹੋ ਬਸ। ਆਹ ਆਪਣਾ ਓਪਸ ਕਾਰਡ ਮੋਂਟਰੀਅਲ ਦਾ, ਇਹਨੂੰ ਇੱਥੇ ਲਾਵਾਂਗੇ ਫਿਰ ਅੰਦਰ ਜਾਵਾਂਗੇ। ਬਾਈ ਨਾ ਸਵੇਰੇ ਸਵੇਰੇ ਮਾੜੀ ਹੋ ਗਈ, ਉਹਨੇ ਏਅਰਪੋਰਟ ਕੰਮ ਕਰਦੇ ਇਹਦੇ ਟਿਕਟ ਚੁੱਕ ਕੇ ਪੈ ਗਏ ਤੈਨੂੰ। ਚੱਲ ਵੀ ਕਿੱਧਰ ਨੂੰ ਜਾਣਾ ਹੁਣ? ਸੌਰਤੀ, ਸੌਰਤੀ ਮੀਨਸ ਐਗਜ਼ਿਟ। ਯਾਰ ਇੱਥੋਂ ਵੀ ਤੁਰ ਕੇ ਜਾਣਾ ਨਾ, ਸ਼ੈਂਪ ਦੇ ਮਾਰ। ਅੱਛਾ ਪਲੇਨ ਮੰਗਾਇਆ ਤੂੰ? ਓਏ ਹੋਏ, ਬਾਹਰ ਨਿਕਲਦੇ ਸਾਰ ਹੀ ਨਾ ਹਵਾ ਲੱਗਦੀ ਹੈ ਨਾ। ਕਰਨ ਏਅਰਪੋਰਟ ਕਿੱਥੇ ਸੁੱਟੇ? ਦਿਸ ਇਜ਼ ਓਲਡ ਮੋਂਟਰੀਅਲ ਗਾਇਜ਼, ਮਤਲਬ ਇਹਨੂੰ ਕਹਿੰਦੇ ਆ ਕਿ ਯੂਰਪੀਅਨ ਆਰਕੀਟੈਕਚਰ 'ਤੇ ਬੇਸਡ ਆ ਸਾਰਾ। ਤੁਹਾਨੂੰ ਲੱਗੇਗਾ ਨਹੀਂ ਕਿ ਯੂਰ ਇਨ ਨੌਰਥ ਅਮੈਰੀਕਾ ਔਰ ਕੈਨੇਡਾ, ਤੁਹਾਨੂੰ ਲੱਗੇਗਾ ਕਿ ਤੁਸੀਂ ਯੂਰਪ 'ਚ ਆ ਗਏ ਹੋ ਕਿਸੇ ਤਰ੍ਹਾਂ। ਦੇਖੋ ਗੱਲ ਤੇਰੀ ਸਹੀ ਆ। ਹੁਣ ਅੱਗੇ ਕਿਹੜਾ ਰਿਵਰ ਦਾ ਕੀ ਨਾਮ ਹੈ? ਪੈਰਿਸ ਕਿਹੜਾ ਰਿਵਰ ਦਾ ਨਾਂ ਆ ਗਿਆ ਜਿੱਥੇ ਅੱਗੇ ਜਾ ਕੇ ਆਈਫਲ ਟਾਵਰ ਥੱਲੇ ਨਿਕਲਦੀ ਹੈ? ਉੱਤਰ ਦਿਮਾਗ ਖਰਾਬ ਹੋ ਗਿਆ। ਇੱਧਰ ਉਹ ਜਿਹੜਾ ਅੰਗੂੜਾ ਲੱਗਾ ਆ, ਅਤੇ ਇੱਧਰ ਆ ਸੈਨ ਲੋਰੀ ਰਿਵਰ, ਜਿਹਦੇ ਮਤਲਬ ਕੰਢੇ 'ਤੇ ਆ ਓਲਡ ਪੋਰਟ। ਉੱਥੇ ਹੀ ਆਈਸ ਸਕੇਟਿੰਗ ਹੁੰਦੀ ਆ, ਸਰੋ ਕਰਦੇ ਆ। ਆਲਾ ਦੁਆਲਾ ਦੇਖ ਕੇ ਲੰਘਿਆ ਕਰੋ। ਬਰਫ ਹੀ ਬਰਫ ਹੈ, ਜਿੱਦਣ ਦੇ ਆਇਆ ਇੱਕ ਦਿਨ ਨਹੀਂ ਹੋਇਆ ਜਿੱਦਣ ਬਰਫ ਨਾ ਹੋਵੇ ਇੱਥੇ। ਖਾਲੀ ਮੈਦਾਨ ਦੇਖੇ ਹੁਣ, ਆ ਵੀ ਰਿਵਰ ਹੀ ਹੈ ਪਰ ਮੇਨ ਰਿਵਰ ਦੇ ਇੱਧਰਲੀ ਸਾਈਡ ਆ, ਪਿਛਲੀ ਸਾਈਡ ਆ। ਜਹਾਜ਼ ਜਿੰਨਾ ਉੱਪਰ ਨਾਲ ਆਇਆ ਹੋਇਆ ਹੈ। ਹਾਂ ਜੰਮੀ ਹੋਇਆ ਲੋਕ
ਸਕੇਟਸ ਇੱਥੋਂ ਲੈ ਰਹੇ ਹਾਂ ਕਿਰਾਏ ਤੇ ਕਿੰਨੇ ਪੈ ਲੈਂਦੇ ਇਹ we don't get that size but skates make bigger so much $20 ਇਹ ਕਿਹਨਾਂ ਦੇ ਥੱਲੇ ਆ ਲਓ ਭਾਈ ਪਰ ਚੱਕਰ ਇਹ ਕਰਨੀ ਬਹੁਤ ਔਖੀ ਆ ਉਹ ਦੇ ਉਹ ਇੱਕ ਡੇਗੀ ਆ ਉਹ ਡੇਗੀ ਉਹ ਦੇ ਪਿੱਛੇ ਡੇਗੀ ਦੇ ਤੇਰੇ ਤੇ ਮੈਂ ਤਾਂ ਇਹਦੇ ਨਾਲ ਕਰ ਰਿਹਾ ਹਾਂ ਹੌਲੀ ਹੌਲੀ ਆਹ ਬਾਈ ਵੀ ਲੱਗਾ ਹੋਇਆ ਦੇਖੋ ਜੂਜਣ ਆਹ ਵੀ ਲੱਗਾ ਹੋਇਆ ਗੋਰਾ ਜੂਜਣ ਹੈ ਕੰਮ ਔਖਾ ਹੀ ਹੈ ਬੈਲੈਂਸ ਨਹੀਂ ਬਣਦਾ ਪੈਰ ਦੁਖਦੇ ਆ ਉੱਤੋਂ ਸਾਲੇ ਗਲਵਸ ਪਾਉਣੇ ਨਹੀਂ ਪਾ ਕੇ ਨਹੀਂ ਆਇਆ ਆਪਾਂ ਓਹੋ ਹੱਥ ਦੇਖ ਲਓ ਕਿੱਦਾਂ ਦੇ ਹੋ ਜਾਂਦੇ ਆ ਪੂਰੇ ਬਿਲਕੁਲ ਲਾਲ ਲੋ ਬਾਈ ਕਰਾ ਕੇ ਬੇਚਤੀ ਆਹ ਬਾਈ ਨੂੰ ਆਉਂਦੀ ਸੀ ਮੂੰਹ ਦਿਖਾਵੇ ਇਹਨੂੰ ਆਉਂਦੀ ਸੀ ਸਕੇਟਿੰਗ ਆਪਾਂ ਤਾਂ ਡਿੱਗ ਡੁੱਗ ਕੇ ਆ ਗਏ ਚਲੋ ਬਾਕੀ ਗੋਰੇ ਨਾਈਸ ਹੁੰਦੇ ਆ ਕਾਫੀ ਤੁਹਾਨੂੰ ਹਵਾ ਬਹੁਤ ਲੱਗਣੀ ਆ ਯਾਰ ਸ਼ਿਪ ਜਾ ਵੀ ਵਧੀਆ ਖੜਾ ਕਰਿਆ ਨਾ ਇਹਦੇ ਕਰਕੇ ਕਹਿੰਦੇ ਸ਼ਾਇਦ ਨਾ ਓਲਡ ਬੋਟੇ ਨੂੰ ਪਤਾ ਨੀ ਚੱਲ ਸਾਨੂੰ ਕਿਹੜਾ ਇਤਿਹਾਸ ਪਤਾ ਆ ਸ਼ਿਪ ਹੁੰਦੇ ਆ ਦੋਨੇ ਉੱਤੇ ਅੱਛਾ ਸਮਰ ਚ ਆਉਂਦੇ ਨੇ ਦੇਖੋ ਕੋਈ ਵਧੀਆ ਰੈਸਟੋਰੈਂਟ ਵੈਜ ਕੋਈ ਇੱਥੇ ਇਸ ਆਲ ਮੌਂਟਰੀਅਲ ਯੂ ਗੈਟ ਦ ਫੀਲਿੰਗ ਆਫ ਯੂਰੋਪ ਯਾ ਯੂ ਵਿਲ ਫਾਈਂਡ ਪੋਰਚੁਗੀਜ਼ ਫਲੈਗ ਓਵਰ ਹੇਅਰ ਸਵੀਡਿਸ਼ ਫਲੈਗ It's like almost like Europe. Main English kyun bol rahe hain yaar? Vlog to tera Punjabi se bana rahe hain. Main bhi keh raha hu. Chal badu chande ho gaye. Idhar le area ch zyada log waise chalna prefer karde hai na. Old Montreal wale idhar. Idhe gaddiyan de kitte gaddiyan dekhne daan daan. Garmiyan nu ta hor vi sohna lagda hona yaar na. ਦੁਕਾਨਾਂ ਦੁਕਾਨਾਂ ਵੀ ਯਾਰ ਇਹਦੀਆਂ ਯੂਰਪ ਵਰਗੀਆਂ ਹੀ ਆ ਨਾ ਆਏ ਐਨਡਬਲਿਊ ਇੱਥੇ ਇੱਕ ਬਰਗਰ ਮਿਲਦਾ ਵੈਜ ਦਾ ਸਵਾਦ ਹੋਰ ਨਹੀਂ ਮਿਲਦਾ ਹੋਰ ਮੈਕਡੀ ਮੁਕਡੀ ਬਰਗਰ ਕਿੰਗ ਤਾਂ ਨੋਨ ਵੈਜ ਹੀ ਮਿਲਦਾ ਚਲਦੇ ਆ ਅੰਦਰ ਠੰਡ ਦੇ ਵਿੱਚ ਅੰਦਰ ਆ ਕੇ ਬੜਾ ਸਵਾਦ ਜਾਂਦਾ ਉਹ ਯਾਰ ਸਾਡਾ ਤਾਂ ਇੱਕੋ ਹੀ ਆ ਵੈਜ ਹੀ ਬਰਗਰ ਯੂ ਨੋ ਬਰਗਰ ਫਰਾਈਜ਼ ਆਓ ਬਾਈ ਜੀ ਖਾ ਰਹੇ ਨੇ ਪੋਤੀ ਮੱਥਾ ਮੁੱਥਾ ਤਾਂ ਟੇਕਣਾ ਪ੍ਰਸ਼ਾਦ ਨਹੀਂ ਮਿਲਦਾ ਇੱਥੇ ਮੱਥਾ ਟੇਕਣਾ ਹੋਰ ਵਾਈਨ ਦਿੰਦੇ ਆ ਯਾਰ ਵਧੀਆ ਗਿਟਾਰ ਵਾਲੀ ਇਹ ਖਰੀਦੀ ਹੈ ਕਨੋਰ ਕਿਆ ਚੱਲ ਚੱਲੀਏ ਦੁਕਾਨ ਖੁੱਲਣੀ ਆ ਇਹ ਅਸੀਂ ਪਹਿਲੀ ਵਾਰ ਨਹੀਂ ਪਹਿਲੀ ਹਾਂ ਤੁਸੀਂ ਆਏ ਨਹੀਂ ਨਾ ਬੋਲਦੇ ਵੀ ਫ੍ਰੈਂਚ ਲੱਗਦਾ ਵੀ ਯੂਰੋਪੀ ਆ ਨਾ ਕਹਾਣੀ ਦਾ ਪਤਾ ਇਹਨਾਂ ਦਾ ਕ੍ਰਿਸਮਸ ਨਹੀਂ ਗਿਆ ਸੈਂਟਾ ਦਾਦਾ ਸੈਂਟਾ ਜੀ ਚੱਲ ਚੱਲ ਤੂੰ ਤੁਰਿਆ ਰਿਹਾ ਤੁਰਿਆ ਲੈ ਬਈ ਇੱਕ ਸੈਕਿੰਡ ਹੋ ਗਿਆ ਜੀਰੋ
ਆਪਾਂ ਚੱਲੇ ਆ ਮੈਟਰੋ ਵੱਲ ਨੂੰ ਮਸ਼ਹੂਰ ਚਰਚ ਇੱਥੇ ਦਾ ਪਰ ਹੁਣ ਬੰਦ ਹੈ 4 ਵਜੇ ਬੰਦ ਹੋ ਜਾਂਦਾ ਹੈ ਸ਼ਾਮ ਨੂੰ ਵੈਲੈਂਟਾਈਨ ਦੀ ਵੀ ਪੂਰੀ ਤਿਆਰੀ ਕੀਤੀ ਹੈ ਪਰ ਰੱਬ ਨੇ ਸਨੋਹ ਵੀ ਬੜੀ ਪਾਤੀ ਨਾਲ ਲੱਗਦੇ ਕਿੱਧਰ ਜਾਣਾ ਰਾਈਟ ਜਾਣਾ ਇੱਥੋਂ ਚਲੋ ਹੁਣ ਆਪਾਂ ਚੱਲੇ ਹਾਂ ਘਰ ਨੂੰ ਮੈਟਰੋ ਲੱਭ ਕੇ ਇੱਥੋਂ ਸਟੇਸ਼ਨ ਜਿਹੜਾ ਲੱਗ ਗਿਆ ਅਤੇ ਚੰਗਾ ਫਿਰ ਅਗਲੀ ਵਾਰੀ ਆਪਾਂ ਆ ਗਏ ਹਾਂ ਡਾਊਨ ਟਾਊਨ ਦੇ ਵਿੱਚ ਹੁਣ ਸ਼ਾਇਦ ਤੁਰਦੇ ਤੁਰਦੇ ਮੈਟਰੋ ਸਟੇਸ਼ਨ ਹੀ ਨਹੀਂ ਲੱਭ ਰਿਹਾ ਘਰ ਜਾਣ ਨੂੰ ਮੈਂ ਕਹਿ ਰਿਹਾ 193 ਬੱਸ ਹੀ ਦੇਖ ਲਓ ਸ਼ਾਇਦ ਉਹੀ ਲੈ ਜਾਏ ਸਾਨੂੰ ਜਾਰੀ ਅੱਛਾ ਆ ਗਿਆ ਮੈਟਰੋ ਸ਼ੂਗਰ ਆ ਠੰਡ ਬੜੀ ਆ ਚਲੋ ਵੀ ਚੰਗਾ ਜੀ